ਆਪਣੀ ਮਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਇੱਕ ਬੇਟੇ ਨੂੰ ਅੱਜ ਸੜਕਾਂ ਉੱਤੇ ਉਤਰਨਾ ਪੈ ਰਿਹਾ ਹੈ। ਗੁੱਸੇ ਵਿੱਚ ਆ ਕੇ ਬੇਟੇ ਨੇ ਰਸਤੇ ਵਿੱਚ ਜਾਮ ਲਗਾ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ। ਉੱਥੇ ਹੀ ਬੇਟੇ ਨੇ ਦੱਸਿਆ ਕਿ ਉਸਦੀ ਮਾਂ ਦੁਆਰਾ ਖੁਦਕੁਸ਼ੀ ਕੀਤੀ ਗਈ ਸੀ, ਲੇਕਿਨ ਉਸਨੂੰ ਖੁਦਕੁਸ਼ੀ ਕਰਨ ਲਈ ਚਰਚਾ ਦੇ ਇੱਕ ਪਾਦਰੀ ਨੇ ਉਕਸਾਇਆ ਸੀ। ਉਸਦੀ ਮਾਂ ਦੇ ਦੁਆਰਾ ਇੱਕ ਸੁਸਾਈਡ ਨੋਟ ਵੀ ਲਿਖਿਆ ਗਿਆ ਸੀ, ਇਸ ਵਿੱਚ ਇਨਸਾਫ ਉਸ ਵਿਅਕਤੀ ਦਾ ਨਾਂ ਲਿਖਿਆ ਸੀ। ਉਸਦੇ ਬੇਟੇ ਨੇ ਇਲਜ਼ਾਮ ਲਗਾਇਆ ਕਿ ਉਸਦੀ ਸੁਣਵਾਈ ਨਹੀਂ ਹੋ ਰਹੀ। ਇਸ ਦੇ ਚੱਲਦਿਆਂ ਅੱਜ ਉਸਨੇ ਰਾਮਬਾਗ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਹੈ ਅਤੇ ਉਹਨਾਂ ਨੇ ਕਿਹਾ ਕਿ ਕਾਫ਼ੀ ਸਮਾਂ ਗੁਜ਼ਰ ਜਾਣ ਦੇ ਬਾਅਦ ਵੀ ਹੁਣ ਤੱਕ ਉਸ ਕਾਤਲ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਉਸ ਕਾਤਲ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ, ਅਸੀਂ ਲੋਕ ਆਪਣਾ ਧਰਨਾ ਪ੍ਰਦਰਸ਼ਨ ਜਾਰੀ ਰੱਖਾਂਗੇ ਅਤੇ ਜੇਕਰ ਜ਼ਰੂਰਤ ਪਈ ਤਾਂ ਅਸੀਂ ਲੋਕ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਾਂਗੇ। ਮੋਹਿਤ ਹੈ ਜੀ, ਪਿਛਲੇ ਅਪ੍ਰੈਲ 20 ਅਪ੍ਰੈਲ ਨੂੰ ਮੇਰੀ ਮੰਮੀ ਨੇ ਸੁਸਾਈਡ ਕੀਤਾ, ਜੋ ਕਿ ਅੱਜ ਰਾਮਬਾਗ ਚਰਚਾ ਇਸ ਟਾਈਮ ਖੜ੍ਹੇ ਹਾਂ, ਚੌਂਕ 'ਚ ਖੜ੍ਹੇ ਹਾਂ। ਰਾਮਬਾਗ ਗਿਰਜੇ ਦੇ ਪਾਦਰੀ ਅਤੇ ਉਹਦੀ ਵੋਟੀ ਦੇ ਕਰਕੇ ਮੇਰੀ ਮੰਮੀ ਨੇ ਸੁਸਾਈਡ ਕੀਤਾ, ਉਹ ਜੋ ਲਗਾਤਾਰ 1 ਸਾਲ ਤੋਂ ਮੇਰੀ ਮੰਮੀ ਨੂੰ ਤੰਗ ਪਰੇਸ਼ਾਨ ਕਰ ਰਹੇ ਸੀ। 19 ਤਰੀਕ ਦੀ ਗੱਲ ਹੈ, ਉਸ ਦਿਨ ਉਹਨਾਂ ਨੇ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਕਿ ਮੇਰੀ ਮੰਮੀ ਨੇ ਆਪਣਾ ਦਿਮਾਗ ਦਾਫਾ ਖੋਲਿਆ ਕਿ ਅਗਲੇ ਦਿਨ 20 ਤਰੀਕ ਨੂੰ, ਜਿਸ ਦਿਨ ਮੈਂ ਆਪਣੇ ਘਰੋਂ ਗਿਆ, ਮੇਰੀ ਮੰਮੀ ਨੇ ਸੁਸਾਈਡ ਕਰ ਲਿਆ। ਅਤੇ ਹਜੇ ਤੱਕ ਪੰਜਾਬ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਹਜੇ ਤੱਕ ਕੋਈ ਤਫਤੀਸ਼ ਨਹੀਂ ਕੀਤੀ, ਹਜੇ ਤੱਕ ਕੋਈ ਵੀ ਮੁਜਰਮ ਗ੍ਰਿਫਤਾਰ ਨਹੀਂ। ਬਕਾਇਦਾ ਮੇਰੀ ਮੰਮੀ ਨੇ ਮੇਰੇ ਸੁਸਾਈਡ ਨੋਟ 'ਚ ਲਿਖਿਆ ਕਿ ਮੈਨੂੰ ਲਵੀਨਾ ਨੇ ਇਹ ਗੱਲ ਕਹੀ, ਜਿਹਦੇ ਕਰਕੇ ਮੈਂ ਮਹਿਸੂਸ ਕਰਦੀ ਹਾਂ ਕਿ ਮੇਰੀ ਕੋਈ ਇੱਜ਼ਤ ਨਹੀਂ ਹੈ, ਅਤੇ ਹਜੇ ਤੱਕ ਉਹ ਫਰਾਰ ਹੈ ਅਤੇ ਹਜੇ ਤੱਕ ਪੰਜਾਬ ਪੁਲਿਸ ਨੇ ਕੋਈ ਤਫਤੀਸ਼ ਨਹੀਂ ਕੀਤੀ। ਅੱਜ ਕੀ ਕੀਤਾ? ਅੱਜ ਅਸੀਂ ਇਹ ਚਾਹੁੰਦੇ, ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ ਕਿ ਅਸੀਂ ਇਨਸਾਫ ਚਾਹੁੰਦੇ ਹਾਂ, ਅਸੀਂ ਸੱਚ ਦੀ ਅਤੇ ਹੱਕ ਦੀ ਲੜਾਈ ਚਾਹੁੰਦੇ ਹਾਂ, ਸਾਨੂੰ ਇਨਸਾਫ ਚਾਹੀਦਾ। ਜੇ ਸਾਨੂੰ ਇਨਸਾਫ ਨਹੀਂ ਮਿਲੇਗਾ, ਅੱਜ ਅਸੀਂ ਸੜਕਾਂ ਦੇ ਉੱਤੇ ਦੁਬਾਰਾ ਫਿਰ ਉਤਰਾਂਗੇ। ਅੱਜ ਅਸੀਂ ਇੱਥੇ ਰੋਡ ਪ੍ਰਦਰਸ਼ਨ ਕਰਦੇ, ਕੱਲ੍ਹ ਅਸੀਂ ਹੋਰ ਥਾਵਾਂ 'ਤੇ ਕਰਾਂਗੇ ਕਿ ਸਰਕਾਰ ਸਾਡੀ ਆਵਾਜ਼ ਸੁਣੇ, ਜੋ ਸਾਡੀ ਕਮੀ ਆ ਪੂਰੀ ਕਰੇ, ਅਤੇ ਸਾਡੇ ਨਾਲ ਜੋ ਧੱਕਾ ਹੈ ਉਹ ਸਾਡਾ ਇਨਸਾਫੀ ਹੋਵੇ। ਉਹਨਾਂ ਦੇ ਕੋਈ ਮਾਮਲਾ ਜੀ, ਉਹ ਪੁਰਾਣਾ ਕੇਸ ਹੈ, ਸੁਸਾਈਡ ਹੋਇਆ ਵਾ, ਅਤੇ ਉਹਦੇ ਸੰਬੰਧ ਵਿੱਚ ਇਹਨਾਂ ਨੇ ਸੋਚਿਆ ਨੇ ਗ੍ਰਿਫਤਾਰੀ ਕਰਕੇ ਧਰਨਾ ਲਾਇਆ ਵਾ, ਇਹਨਾਂ ਨੂੰ ਸਮਝਾਇਆ ਬਿਠਾਇਆ, ਗੱਲਬਾਤ ਸੁਣ ਰਹੇ ਹਾਂ, ਇਹਨਾਂ ਦੀ ਕਾਰਵਾਈ ਕਰਦੇ ਹਾਂ ਜੋ ਵੀ ਹੈਗੀ ਹੈ, ਦੋਸ਼ੀਆਂ ਨੇ ਗ੍ਰਿਫਤਾਰੀ ਕਰਾਂਗੇ।